ਮੇਰੇ ਨਾਲ ਡਾਕਟਰ ਦਲਜੀਤ ਚੀਮਾ ਨੇ ਗੱਲਬਾਤ ਕਰ ਲੈਂਦੇ ਹਾਂ। ਚੀਮਾ ਸਾਹਿਬ, ਹੁਣ ਪਹਿਲਾਂ ਤਾਂ ਜਿਹੜੀ ਇਹ ਚਿੱਠੀ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਮੈਂ ਬਿਨਾਂ ਕਿਸੇ ਸਵਾਲ ਜਵਾਬ ਦੇ ਸੱਚੇ ਦਿਲੋਂ ਵਾਹਿਗੁਰੂ ਅੱਗੇ ਇਹ ਕਹਿੰਦਾ ਵਾਂ ਕਿ ਮੈਂ ਮਾਫ਼ੀ ਮੰਗ ਰਿਹਾ ਵਾਂ, ਕਿਸੇ ਵੀ ਤਰੀਕੇ ਦੀ ਕੋਈ ਗਲਤੀ ਦੇ ਇਲਜ਼ਾਮ ਲੱਗੇ ਨੇ ਤਾਂ ਇਹ ਕਲੀਅਰ ਹੈ ਕਿ ਜਿਹੜੇ ਇਲਜ਼ਾਮ ਉਹਨਾਂ ਦੇ ਉੱਤੇ ਲੱਗਦੇ ਸੀਗੇ ਰਾਮ ਰਹੀਮ ਦੀ ਮਾਫ਼ੀ ਨੂੰ ਲੈ ਕੇ ਜਾਂ ਬੇਅਦਬੀਆਂ ਨੂੰ ਲੈ ਕੇ, ਉਹ ਗੱਲ ਉਹਨਾਂ ਨੇ ਮੰਨ ਲਿੱਤੀ, ਉਸ ਤੋਂ ਬਾਅਦ ਮਾਫ਼ੀ ਮੰਗੀ? ਦੇਖੋ, ਗੱਲ ਇਹ ਹੈ ਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਸਾਡੇ ਨਾਲ ਕੁਝ ਨਾਰਾਜ਼ ਸਾਥੀ ਲਿਖਤੀ ਤੌਰ 'ਤੇ 4 ਪੰਨਿਆਂ ਦੀ ਸ਼ਿਕਾਇਤ ਲੈ ਕੇ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਪਹੁੰਚੇ ਸੀ, ਔਰ ਸਿੰਘ ਸਾਹਿਬ ਨੇ ਸਾਡਾ ਪੱਖ ਜਾਣਨ ਵਾਸਤੇ ਨਿੱਜੀ ਤੌਰ 'ਤੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਵਾਸਤੇ ਕਿਹਾ ਸੀ। ਅਸੀਂ ਨਮਰਤਾ ਦੇ ਨਾਲ ਉੱਥੇ ਪੇਸ਼ ਹੋ ਕੇ ਅਤੇ ਜੋ ਸਮਰਪਣ ਭਾਵਨਾ ਦੇ ਨਾਲ ਆਪਣੇ ਮਨ ਦੀ ਭਾਵਨਾ ਸੀ, ਕਿਉਂਕਿ ਜਦੋਂ ਗੁਰੂ ਦੇ ਤਖ਼ਤ ਦੇ ਉੱਤੇ ਤੁਸੀਂ ਹਾਜ਼ਰ ਹੁੰਦੇ ਹੋ ਨਾ ਤਾਂ ਤੁਹਾਡੀ ਮਾਨਸਿਕ ਅਵਸਥਾ ਜਿਹੜੀ ਹੈ ਉਹ ਉਹਦੇ ਮੁਤਾਬਕ ਹੋਣੀ ਚਾਹੀਦੀ। ਗੁਰੂ ਸਮਰੱਥ ਹੈ, ਗੁਰੂ ਜਾਣੀ ਜਾਣ, ਗੁਰੂ ਦੇ ਅੱਗੇ ਨਾ ਤਾਂ ਕੋਈ ਤੁਸੀਂ ਚੀਜ਼ਾਂ ਤਰਕ ਦਲੀਲਾਂ ਦੇ ਨਾਲ ਪੇਸ਼ ਕਰਦੇ ਚੰਗੇ ਲੱਗਦੇ ਹੋ, ਨਾ ਗੁਰੂ ਤੋਂ ਤੁਸੀਂ ਕੋਈ ਲੁਕਾ ਸਕਦੇ ਹੋ, ਨਾ ਤੁਸੀਂ ਗੁਰੂ ਨੂੰ ਕੋਈ ਸਮਝਾ ਸਕਦੇ। ਇਹ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖ਼ਤ ਹੈ। ਇਸ ਕਰਕੇ ਉਸੇ ਭਾਵਨਾ ਦੇ ਨਾਲ ਹੀ ਜਿਹੜੀ ਲਾਈਨ ਤੁਸੀਂ ਹੁਣੇ ਪੜ੍ਹ ਰਹੇ ਸੀ, ਅਸੀਂ ਸੋਚ ਵਿਚਾਰ ਕੇ ਅਤੇ ਮੈਂ ਬਿਨਾਂ ਕਿਸੇ ਸਵਾਲ ਜਵਾਬ ਦੇ ਸੱਚੇ ਦਿਲੋਂ ਵਾਹਿਗੁਰੂ ਅੱਗੇ ਜੋਦੜੀ ਕਰ ਰਿਹਾ ਹਾਂ, ਜੋ ਵੀ ਸਾਡੇ ਖਿਲਾਫ ਲਿਖ ਕੇ ਦਿੱਤਾ ਗਿਆ ਅਸੀਂ ਕੋਈ ਕਿਸੇ ਗੱਲ ਨਹੀਂ। ਇਹਦਾ ਮਤਲਬ ਇਹ ਹੈ ਕਿ ਇਹ ਮੰਨ ਲਿਆ ਸੁਖਬੀਰ ਸਿੰਘ ਬਾਦਲ ਹੋਰਾਂ ਨੇ? ਲਫ਼ਜ਼ਾਂ ਦੀ ਕੰਜੂਸੀ ਨਹੀਂ ਅਸੀਂ ਕਿਤੇ ਵੀ ਕੀਤੀ, ਨਾ ਗੁਰੂ ਘਰ 'ਚ ਕੀਤੀ ਜਾ ਸਕਦੀ ਹੈ। ਜੋ ਵੀ ਸਾਡੇ ਖਿਲਾਫ਼ ਲਿਖ ਕੇ ਦਿੱਤਾ ਗਿਆ ਸੀ ਦਾਸ, ਉਸ ਵਾਸਤੇ ਗੁਰੂ ਦੇ ਮਹਾਨ ਤਖ਼ਤ 'ਤੇ ਹਾਜ਼ਰ ਹੋ ਕੇ ਗੁਰੂ ਸਾਹਿਬ ਅਤੇ ਗੁਰੂ ਪੰਥ ਪਾਸੋਂ ਬਿਨਾਂ ਸ਼ਰਤ ਖਿਮਾ ਜਾਚਨਾ ਕਰਦਾ, ਔਰ ਕੱਲਾ ਇੱਥੇ ਨਹੀਂ, ਇਸ ਤੋਂ ਅੱਗੇ ਵੀ ਲਿਖਿਆ ਕਿ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਦਾਸ ਸਾਰੀਆਂ ਭੁੱਲਾਂ ਨੂੰ ਆਪਣੀ ਝੋਲੀ ਵਿੱਚ ਪਾਉਂਦਾ ਹੈ, ਚਾਹੇ ਇਹ ਭੁੱਲਾਂ ਪਾਰਟੀ ਕੋਲੋਂ ਹੋਈਆਂ ਹੋਣ ਜਾਂ ਸਰਕਾਰ ਕੋਲ। ਅਸੀਂ ਕੱਲਾ ਉੱਥੇ ਤੱਕ ਵੀ ਨਹੀਂ ਸੀਮਤ ਰੱਖਿਆ ਵੀ ਇਸ ਤੋਂ ਇਲਾਵਾ ਵੀ ਭਾਵੇਂ ਪਾਰਟੀ ਦੇ ਵਿੱਚ ਸਾਡੇ ਕੋਲ ਕੋਈ ਗਲਤੀ ਹੋਈ ਹੈ, ਭਾਵੇਂ ਸਰਕਾਰ ਦੇ ਵਿੱਚ ਕੋਈ ਹੋਈ ਹੈ, ਉਹਦੇ ਵਾਸਤੇ ਵੀ ਅਸੀਂ ਅਨਕੰਡੀਸ਼ਨਲ ਅਪੋਲੋਜੀ। ਇਹਦਾ ਮਤਲਬ ਇਹ ਹੈ ਕਿ ਜਿਹੜਾ ਰਾਮ ਰਹੀਮ ਨੂੰ ਮਾਫ਼ੀ ਦੇਣਾ ਉਹ ਗਲਤੀ ਸੀਗੀ, ਉਹਨੂੰ ਮੰਨ ਲਿੱਤਾ ਗਿਆ, ਉਸ ਵੇਲੇ ਬੇਅਦਬੀਆਂ 'ਤੇ ਇਨਸਾਫ਼ ਨਹੀਂ ਦਵਾ ਸਕੇ, ਗਲਤੀ ਸੀਗੀ, ਮਾਫ਼ੀ ਮੰਗ ਲਿੱਤੀ ਗਈ। ਸੁਮੇਧ ਸੈਣੀ ਨੂੰ DGP ਲਗਾਉਣਾ ਗਲਤੀ ਸੀ, ਮਾਫ਼ੀ ਮੰਗ ਲਈ ਹੈ, ਇਹ ਕਲੀਅਰ ਹੈ? ਫਿਰ ਮੇਰਾ ਖਿਆਲ ਤੁਸੀਂ ਮੇਰੀ ਭਾਵਨਾ ਸਮਝੇ ਨਹੀਂ, ਮੈਂ ਫਿਰ ਸ਼ੁਰੂ ਤੋਂ ਸਮਝਾ ਦਿੰਦਾ। ਇਹ ਤੁਹਾਡੇ ਸਵਾਲ ਜਵਾਬ ਜਿਹੜੇ ਹੈ 2007 ਤੋਂ ਲੈ ਕੇ 17 ਸਾਲ ਹੋ ਗਏ ਇਹ ਚੱਲਦੇ, ਬੜੀਆਂ ਇਹਨਾਂ ਚੀਜ਼ਾਂ ਦੇ ਉੱਤੇ ਡਿਬੇਟਾਂ ਹੋਈਆਂ, ਬੜੀਆਂ ਬਹਿਸਾਂ ਹੋਈਆਂ, ਪਰ ਹੁਣ ਗੱਲ ਤੁਹਾਡੇ ਅਤੇ ਮੇਰੇ ਵਿੱਚ ਨਹੀਂ ਹੈ, ਹੁਣ ਗੱਲ ਗੁਰੂ ਦੇ ਤਖ਼ਤ ਦੇ ਉੱਤੇ। ਇਸ ਕਰਕੇ ਤਖ਼ਤ ਦੇ ਉੱਤੇ ਜਦੋਂ ਬੰਦਾ ਪੇਸ਼ ਹੁੰਦਾ ਨਾ, ਉਸ ਭਾਵਨਾ ਨਾਲ ਹੁੰਦਾ ਕਿ ਇਸ ਤਖ਼ਤ ਦੇ ਉੱਤੇ ਨਤਮਸਤਕ ਹੋ ਕੇ ਜੋ ਵੀ ਸਾਡੇ ਤੋਂ ਗਲਤੀਆਂ ਹੋਈਆਂ ਉਹਦੇ ਵਾਸਤੇ ਅਸੀਂ ਆਪਣੀ ਆਪਣੀ ਖਿਮਾ ਹੋਣੀ। ਅਸੀਂ ਤਾਂ ਕਿਤੇ ਲਫ਼ਜ਼ਾਂ ਦੀ ਕੰਜੂਸੀ ਰੱਖੀ ਨਹੀਂ ਜਿਹੜੀ ਹੈ, ਇਸ ਕਰਕੇ ਜੋ ਲਿਖਿਆ ਉਹ ਸਪਸ਼ਟ ਹੈ, ਜੋ ਉਹਨਾਂ ਨੇ ਲਿਖਿਆ ਉਹ ਤੁਸੀਂ ਪੜ੍ਹ ਕੇ ਸੁਣਾਉਣਾ ਚਾਹੋ ਤਾਂ ਤੁਸੀਂ ਬੇਸ਼ੱਕ ਉਹਨਾਂ ਦਾ ਪੜ੍ਹ ਕੇ ਸੁਣਾਈ ਜਾਓ, ਮੈਨੂੰ ਇਹ ਸੀਗਾ ਕਿ ਉਹਨਾਂ ਦਾ ਪੜ੍ਹ ਕੇ ਸਾਰਾ ਕੁਛ ਅਤੇ ਜੋ ਅਸੀਂ ਇਸੇ ਕਰਕੇ ਲਿਖਿਆ ਕਿ ਜੋ ਇਹਨਾਂ ਨੇ ਲਿਖਿਆ ਅਤੇ ਇਸ ਤੋਂ ਇਲਾਵਾ ਵੀ, ਕੱਲਾ ਉੱਥੇ ਤੱਕ ਨਹੀਂ ਹੈ ਕਿਉਂਕਿ ਕੱਲ੍ਹ ਨੂੰ ਤੁਸੀਂ ਕੋਈ ਹੋਰ ਵੀ ਕਹਿ ਸਕਦੇ ਵੀ ਆਹ ਵੀ ਵਿੱਚ ਗਲਤੀ ਰਹਿ ਗਈ ਸੀ, ਅਤੇ ਗਲਤੀਆਂ ਤਾਂ ਹੁੰਦੀਆਂ ਹੀ। ਦੂਜਾ ਇਹ ਵੀ ਹੈ ਕਿ ਜਿਹੜਾ ਚਿੱਠੀ ਦਾ ਜ਼ਿਕਰ ਹੁੰਦਾ ਹੈ ਕਿ ਰਾਮ ਰਹੀਮ ਨੇ ਹਿੰਦੀ 'ਚ ਚਿੱਠੀ ਲਿਖੀ ਗਈ,
ਉਸ ਜਗ੍ਹਾ ਦੇ ਉੱਤੇ ਤੁਸੀਂ ਮੌਜੂਦ ਸੀ, ਰਾਮੂ ਵਾਲੀਆ ਹੋਰੀ ਮੌਜੂਦ ਸੀਗੇ, ਪੰਜਾਬੀ 'ਚ ਟਰਾਂਸਲੇਟ ਕੀਤੀ ਗਈ। ਕੀ ਇਹ ਪੰਜਾਬੀ 'ਚ ਟਰਾਂਸਲੇਟ ਕੀਤੀ ਗਈ ਸੀ ਔਰ ਕੀ ਉਹਨੇ ਉਸ ਵੇਲੇ ਹਿੰਦੀ 'ਚ ਜਿਹੜੀ ਚਿੱਠੀ ਸੀਗੀ ਮਾਫ਼ੀ ਨਹੀਂ ਮੰਗੀ ਸੀਗੀ? ਦੇਖੋ ਗੱਲ ਇਹ ਨਾ, ਮੈਂ ਤੁਹਾਨੂੰ ਸਮਝਦਾ ਕਿ ਤੁਸੀਂ ਕੀ ਮੇਰੇ ਤੋਂ ਕਹਿਣਾ ਚਾਹੁੰਦੇ। ਨਹੀਂ ਨਹੀਂ ਮੈਂ ਪੁੱਛ ਰਿਹਾ ਕੀ ਹੈ ਜਾਂ ਨਹੀਂ ਹੈ। ਤੁਸੀਂ ਮੇਰੇ ਦਿਲੋਂ ਨਿਰਾਦਰ ਕਰਾਉਣਾ ਚਾਹੁੰਦੇ ਹੋ ਤਖ਼ਤ ਦਾ, ਵੱਖਰੀ ਬਹਿਸ ਛੇੜ। ਨਹੀਂ ਮੈਂ ਪੁੱਛ ਰਿਹਾ ਕਿ ਚਿੱਠੀ ਸੀਗੀ ਹਿੰਦੀ ਪੰਜਾਬੀ, ਮਾਨ ਮਰਿਆਦਾ ਤਖ਼ਤ ਦੀ ਨਾ, ਉਹਨੂੰ ਤੁਸੀਂ ਸੱਟ ਮੇਰੇ ਕੋਲੋਂ ਮਰਵਾਉਣੀ ਚਾਹੁੰਦੇ ਹੋ? ਤੁਹਾਨੂੰ ਹੱਕ ਹੈ, ਤੁਸੀਂ ਜਿੰਨੀਆਂ ਮਰਜ਼ੀ ਸੱਟਾਂ ਮਾਰੋ ਤਖ਼ਤ ਨੂੰ। ਲੇਕਿਨ ਮੇਰਾ ਇਹ ਸੀਗਾ ਕਿ ਚਿੱਠੀ ਹਿੰਦੀ ਚ ਆਈ ਸੀ ਜਾਂ ਨਹੀਂ ਆਈ ਸੀ। ਮੈਨੂੰ ਬੋਲਣ ਦਿਓ ਨਾ, ਮੈਂ ਤਾਂ ਕਹਿਣਾ ਤੁਹਾਨੂੰ ਪੂਰਾ ਹੱਕ ਹੈ। ਸਿੱਖ ਕੌਮ ਦੇ ਖਿਲਾਫ ਸਾਜਿਸ਼ ਤਹਿਤ ਮੁਹਿੰਮ ਚਲਾਉਣੀ ਹੈ, ਡਟ ਕੇ ਚਲੋ। ਤਖ਼ਤਾਂ ਦੀ ਮਰਿਆਦਾ ਦੇ ਖਿਲਾਫ ਮੁਹਿੰਮ ਚਲਾਉਣੀ ਹੈ, ਤੁਸੀਂ ਡਟ ਕੇ ਚਲੋ। ਨਹੀਂ ਮੁਹਿੰਮ ਨਹੀਂ, ਮੈਂ ਪੁੱਛ ਰਿਹਾ ਸਰ, ਇਹ ਪੁੱਛ ਰਿਹਾ ਸੀਗਾ ਕਿ ਇਹ ਸੱਚ ਹੈ ਜਾਂ ਨਹੀਂ ਹੈ। ਤੁਸੀਂ ਕਹਿ ਦੋ ਕਿ ਨਹੀਂ ਸੱਚ, ਜੋ ਵੀ ਤੁਸੀਂ ਕਹੋ ਸੀ ਉਹ ਚਲਾ ਰਹੇ। ਮੈਨੂੰ ਇੱਕ ਸਿੱਖ ਦੇ ਤੌਰ ਤੇ ਨਾ, ਮੈਨੂੰ ਤਖ਼ਤ ਦੇ ਖਿਲਾਫ ਨਾ ਖੜਾ ਕਰਨ ਦੀ ਕੋਸ਼ਿਸ਼ ਕਰੋ, ਮੇਰੀ ਇੰਨੀ ਹੈਸੀਅਤ ਨਹੀਂ ਹੈਗੀ। ਸਾਡੇ ਜਦੋਂ ਤਖ਼ਤਾਂ ਦੀ ਇੱਕ ਮਰਿਆਦਾ, ਮੈਨੂੰ ਉਹ ਮਰਿਆਦਾ ਪਤਾ, ਉਸੇ ਮਰਿਆਦਾ ਦੇ ਤਹਿਤ ਹੀ ਤੁਹਾਡਾ ਏਜੰਡਾ ਚੱਲਦਾ ਹੀ ਪਿਆ 4 ਦਿਨ ਦਾ। ਏਜੰਡਾ ਮਤਲਬ ਕਿਸ ਤਰੀਕੇ ਨਾਲ? ਮਤਲਬ ਇੱਕ ਸਿਸਟਮੈਟਿਕ ਕੰਪੇਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ, ਤਖ਼ਤਾਂ ਦੇ ਖਿਲਾਫ, ਉਹਨਾਂ ਦੇ ਫੈਸਲਿਆਂ ਦੇ ਖਿਲਾਫ ਕੋਈ ਕਸਰ ਹੈਗੀ ਕਿਸੇ ਦੀ? ਤੁਹਾਡਾ ਪੱਖ ਲੈਣ ਲਈ ਤੁਹਾਡੇ ਕੋਲ ਆਏ ਹਾਂ। ਜੋ ਅਸੀਂ ਤਾਂ ਹਰੇਕ ਜੋ ਚੀਜ਼ ਹੋ ਰਹੀ, ਜੇ ਚਿੱਠੀ ਜਨਤਕ ਹੋਈ ਹੈ ਉਹ ਚਿੱਠੀ ਤੇ ਸਵਾਲ ਪੁੱਛੇ, ਆਪਾਂ ਤਾਂ ਹਰੇਕ ਚੀਜ਼ ਦਿਖਾ ਰਹੇ ਹਾਂ। ਸਾਡਾ ਹੁੰਦਾ ਕਿ ਹਰੇਕ ਚੀਜ਼ ਦਿਖਾਈਏ, ਕੋਈ ਰਹਿ ਨਾ ਜਾਵੇ। ਮੈਂ ਤੁਹਾਨੂੰ ਅੱਜ ਜਿਹੜੀ ਲਾਈਵ ਚੈਨਲ ਤੇ ਬੇਨਤੀ ਕਰਦਾ, ਜੇ ਕੋਈ ਕਸਰ ਰਹਿ ਗਈ ਹੈ ਤੇ ਤੁਸੀਂ ਕਿਰਪਾ ਕਰਕੇ ਜ਼ਰੂਰ ਕੱਢ ਲਓ। ਮੈਂ ਇਹਦੇ ਚ ਤੁਹਾਨੂੰ, ਮੈਂ ਤਾਂ, ਤੁਸੀਂ ਚਿੱਠੀ ਜਨਤਕ ਹੋਈ, ਮੈਂ ਉਹ ਚਿੱਠੀ ਦਾ ਸਵਾਲ ਪੁੱਛਿਆ। ਮੈਂ ਤਾਂ ਸਾਰੀ ਚਿੱਠੀ ਪੜ੍ਹ ਦਿੰਦਾ, ਤੁਸੀਂ ਸੁਣਨੀ ਨੀ? ਨਹੀਂ ਮੈਂ ਸੁਣ ਰਿਹਾ। ਕਿਹੜਾ ਬਾਲ ਸਾਹਿਬ ਨੀ ਪੜ੍ਹਾਂ ਕਿ ਦੋਵੇਂ? ਤੁਸੀਂ ਦੋਵੇਂ ਚਿੱਠੀਆਂ ਦਾ ਜ਼ਿਕਰ ਕਰੋ। ਮੈਂ ਇਸੇ ਕਰਕੇ ਪੁੱਛ ਰਿਹਾ ਸੀਗਾ ਕਿ ਚਿੱਠੀ ਦਾ ਜ਼ਿਕਰ ਹੁੰਦਾ, ਉਸ ਦੇ ਵਿੱਚ ਮਾਫ਼ੀ ਮੰਗੀ ਗਈ ਹੈ, ਮਾਫ਼ੀ ਇਸ ਗੱਲ ਤੇ ਮੰਗੀ ਗਈ ਕਿ ਜਦੋਂ ਮੈਨੂੰ, ਮੈਂ ਮਰਿਆਦਾ ਦੀ ਗੱਲ ਕੀਤੀ ਹੈ ਜੀ, ਕਿ ਜਦੋਂ ਤਖ਼ਤ ਦੇ ਉੱਤੇ ਜਵਾਬ ਦੇ ਦਈਏ ਫਿਰ ਤੁਹਾਡਾ ਚੈਨਲ ਤਖ਼ਤ ਨਾਲੋਂ ਵੱਡਾ ਨਹੀਂ ਹੈ। ਤੁਸੀਂ ਮੁੱਦਾ ਡਾਇਵਰਟ ਕਰ ਰਹੇ ਹੋ, ਮੁੱਦਾ ਡਾਇਵਰਟ ਕਰ ਰਹੇ ਹੋ, ਮੁੱਦਾ ਡਾਇਵਰਟ ਨਾ ਕਰੋ, ਮੁੱਦਾ ਡਾਇਵਰਟ ਨਾ। ਅਸੀਂ ਤੁਹਾਡੇ ਕੋਲ ਕਿਉਂ ਆਏ ਹਾਂ, ਤੁਹਾਡਾ ਪੱਖ ਜਾਣਨ ਲਈ ਆਏ? ਭਾਈ ਜੀ, ਮੈਂ ਐਜ਼ ਏ ਜਰਨਲਿਸਟ ਤੁਹਾਡੀ ਰਿਗਾਰਡ ਕਰਦਾ ਪੂਰੀ। ਮੈਂ ਕੋਈ ਇਹ ਨਹੀਂ ਕਿ ਤੁਹਾਡੇ ਚੈਨਲ ਦੇ ਖਿਲਾਫ ਹਾਂ, ਇੱਕ ਇਸ਼ੂ ਦੇ ਉੱਤੇ ਗੱਲ ਹੋ ਰਹੀ ਹੈ ਜੀ, ਔਰ ਉਸ ਇਸ਼ੂ ਦੇ ਉੱਤੇ ਮੈਂ ਬੜਾ ਸਪਸ਼ਟ ਕਹਿ ਰਿਹਾ ਜੋ ਮੈਨੂੰ ਫੀਲ ਹੁੰਦਾ। ਦੇਖੋ ਮੈਂ ਵੀ ਇਨਸਾਨ ਹਾਂ, ਮੈਨੂੰ ਵੀ ਆਪਣੀ ਗੱਲ ਕਹਿਣ ਦਾ ਹੱਕ ਹੈ। ਬਿਲਕੁਲ, ਤੁਸੀਂ ਇੰਨਾ ਗੁੱਸਾ ਨਾ ਕਰਿਆ ਕਰੋ। ਬਿਲਕੁਲ ਸਰ, ਅਸੀਂ ਤੁਹਾਡੇ ਕੋਲ ਆਏ ਹਾਂ, ਤੁਸੀਂ ਪੂਰੀ ਗੱਲ ਰੱਖੋ, ਖੁੱਲੀ ਰੱਖੋ। ਇੱਕ ਮਰਿਆਦਾ, ਮੈਂ ਹੁਣ ਪੰਕਜ ਭਾਈ ਸਭ ਤੋਂ ਵੱਡਾ ਮੈਂ ਸਮਝਦਾ ਇੰਟੈਲੀਜੈਂਟ ਪੱਤਰਕਾਰ ਹੈ, ਇੱਕ ਲੋਹਰਕੋਟ 'ਚ ਫੈਲਾ ਹੋਊਗਾ, ਕਦੀ ਨਹੀਂ ਬੋਲੂਗਾ। ਜੇ ਕੋਈ ਬੁਲਾਉਣਾ ਵੀ ਚਾਹੇ ਤਾਂ ਭੱਜੂਗਾ ਕਿ ਮੈਂ ਨਹੀਂ ਬੋਲਣਾ ਜੀ, ਵੀ ਇਹ ਅਦਾਲਤ ਦਾ ਫੈਸਲਾ ਜਾਂ ਅਦਾਲਤ ਦੇ ਵਿੱਚ ਕੇਸ ਸਭ ਨੂੰ ਹਿੰਮਤ ਨਹੀਂ ਪੈਣੀ। ਪਰ ਕਿਉਂਕਿ ਤਖ਼ਤ ਹੈ, ਸਿੱਖਾਂ ਦਾ ਤਖ਼ਤ ਹੈ, ਇਸ ਕਰਕੇ ਲੱਗਦਾ ਕਿ ਬੜੀ ਛੋਟੀ ਜਿਹੀ ਚੀਜ਼ ਆ। ਸਰ ਬਹੁਤ ਉਹਦੀ ਮਰਿਆਦਾ, ਉਹਦੀ ਮਰਿਆਦਾ, ਉਹਦਾ ਮੈਨੂੰ ਕੋਈ ਇੱਜ਼ਤ ਨਹੀਂ ਹੈਗੀ, ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਤੁਹਾਨੂੰ ਵੀ ਇੱਕ ਜਦੋਂ ਸਮਾਜਿਕ ਜੀਵਨ ਦੇ ਵਿੱਚ ਜਦੋਂ ਚੀਜ਼ਾਂ ਰਿਪੋਰਟ ਕਰਦੇ ਹੋ ਤਾਂ ਇਹ ਚੀਜ਼ਾਂ ਧਿਆਨ ਰੱਖਣੀਆਂ ਚਾਹੀਦੀਆਂ। ਤੁਸੀਂ ਸਿੰਘ ਸਾਹਿਬਾਨ ਕੋਲ ਚਲੇ ਜਾਓ, ਇਹਦੇ ਉੱਤੇ ਜਿਹੜਾ ਫੈਸਲਾ ਉਹਨਾਂ ਨੇ ਦੇਣਾ ਹੁਣ, ਅਸੀਂ ਜੋ ਦਿੱਤਾ ਸਪਸ਼ਟੀਕਰਨ ਸਰ, ਅਸੀਂ ਫੈਸਲੇ ਤੇ ਕਿੰਤੂ ਪਰੰਤੂ ਨਹੀਂ ਕਰ ਰਹੇ, ਉਹਦੀ ਵਾਰਡਿੰਗ ਅਸੀਂ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖ ਦਿੱਤੀ। ਅੱਜ ਜਨਤਕ ਹੋ ਗਿਆ, ਚੰਗਾ ਹੋ ਗਿਆ, ਇਸ ਤਰ੍ਹਾਂ ਜਨਤਕ ਹੋ ਗਿਆ, ਮੈਂ ਵੈਲਕਮ ਕੀਤਾ। ਜੇ ਸਿੰਘ ਸਾਹਿਬ ਸਾਡੇ ਕੋਲੋਂ ਕੋਈ ਹੋਰ ਪੁੱਛਣਗੇ
ਅਸੀਂ ਉਹਨਾਂ ਨੂੰ ਜਿਹੜਾ ਉਹਦੇ ਮੁਤਾਬਕ ਜੋ ਸਹੀ ਜਾਣਕਾਰੀ ਹੋਈ ਅਸੀਂ ਦੇ ਦੇਣ। ਪਰ ਇਹ ਨਹੀਂ ਹੁੰਦਾ ਕਿ ਜਦੋਂ ਤਖਤਾਂ ਦੇ ਉੱਤੇ ਜਿਹੜੀ ਗੱਲ ਪਹੁੰਚ ਜਾਵੇ ਅਤੇ ਆਪਾਂ ਬੜੀ ਚਲਾਕੀ ਦੇ ਨਾਲ ਵੀ ਜਿਵੇਂ ਸਾਨੂੰ ਤਾਂ ਗੱਲ ਸਮਝ ਨਹੀਂ ਆਉਂਦੀ ਵੀ ਅਸੀਂ ਕੀ ਕਰਨਾ ਚਾਹੁੰਦੇ ਹਾਂ ਵੀ ਦੁਬਾਰਾ ਵੀ ਆਹ ਹੋ ਗਿਆ ਜੀ ਫਿਰ ਆਹ ਹੋ ਗਿਆ ਜੀ ਫਿਰ ਹੋ ਗਿਆ, ਇੱਦਾਂ ਨਹੀਂ ਹੁੰਦਾ। ਜੋ ਸਾਨੂੰ ਵੀ ਪਤਾ ਕਿ ਮਰਿਆਦਾ ਦਾ ਪਾਲਣ ਕਿਵੇਂ ਕਰੀਦਾ। ਤੁਹਾਡੇ ਸਾਥੀ ਨੇ ਪ੍ਰੇਮ ਸਿੰਘ ਚੰਦੂਮਾਜਰਾ, ਤੁਹਾਡੇ ਸਾਥੀ ਨੇ ਬੀਬੀ ਜਗੀਰ ਕੌਰ, ਉਹ ਸਾਰੇ ਉਹ ਜਿਹੜੇ ਸਾਥੀ ਤੁਹਾਡੇ ਨੇ ਉਹ ਕਹਿੰਦੇ ਨੇ ਕਿ ਉਹ ਜਿਹੜੀ ਗੱਲ ਰੱਖ ਰਹੇ ਆ, ਮਤਲਬ ਉਹਨਾਂ ਦਾ ਜੋ ਕਹਿਣਾ ਕਿ ਇੱਕ ਤਾਂ ਪ੍ਰਧਾਨ ਸਾਹਿਬ ਨੂੰ ਅਸਤੀਫਾ ਦੇ ਕੇ ਉੱਥੇ ਜਾਣਾ ਚਾਹੀਦਾ ਸੀ, ਇੱਕ ਉਹ ਕਹਿ ਰਹੇ ਨੇ ਕਿ ਜਿਹੜੇ ਉਹ ਕਹਿ ਰਹੇ ਕਿ ਸਾਡੀ ਸਰਕਾਰ ਵੇਲੇ, ਉਹ ਕਹਿੰਦੇ ਸਾਡੀ ਸਰਕਾਰ ਵੇਲੇ ਨਹੀਂ, ਉਹ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਫੈਸਲੇ ਸੀਗੇ, ਇਹ ਉਹਨਾਂ ਦਾ ਕਹਿਣਾ ਵਾ। ਦੇਖੋ ਗੱਲ ਹੈ ਨਾ, ਉਹਨਾਂ ਨੂੰ ਖੁੱਲ੍ਹੀ ਛੁੱਟੀ ਹੈ, ਕਿਉਂਕਿ ਜਦੋਂ ਤਖ਼ਤ ਦੇ ਉੱਤੇ ਜਾ ਕੇ ਉਹ ਤਾਂ ਆ ਜਨਤਾ ਕਰਨ ਵਾਸਤੇ ਵੀ ਮੰਗ ਉਹਨਾਂ ਨੇ ਉਠਾਈ ਸੀ। ਬਿਲਕੁਲ। ਅਤੇ ਇਹ ਇਹ ਮੰਗ ਉਠਾਉਣ ਦਾ ਮਤਲਬ ਵੀ ਕਿ ਤੁਸੀਂ ਸ਼ੱਕ ਕਰ ਰਹੇ ਹੋ, ਜਿਹੜੀ ਹੈ ਜਨਤਕ ਕਰਨ ਦਾ ਮਤਲਬ ਵੀ ਇਹ ਹੁੰਦਾ ਕਿ ਤੁਹਾਨੂੰ ਤਖ਼ਤਾਂ ਦੇ ਉੱਤੇ ਵੀ ਭਰੋਸਾ ਨਹੀਂ ਹੈ। ਅਤੇ ਜਿਹਨਾਂ ਨੂੰ ਤਖ਼ਤਾਂ ਦੇ ਉੱਤੇ ਭਰੋਸਾ ਨਹੀਂ, ਉਹ ਆਪਣੀ ਗੱਲ ਪਹਿਲਾਂ ਜੱਗ ਜ਼ਾਹਰ ਕਰ ਚੁੱਕਿਆ, ਉਹ ਚਾਰ ਗੁਣਾ ਹੋਰ ਵੀ ਕਹਿ ਦੇ। ਇਸ ਕਰਕੇ ਅਸੀਂ ਉਹਨਾਂ ਦੀ ਗੱਲ ਦਾ ਤਾਂ ਗੁੱਸਾ ਕਰਦੇ ਹੀ ਨਹੀਂ, ਅਸੀਂ ਕਿਸੇ ਵੀ ਗੱਲ ਦਾ ਜੋ ਮਰਜ਼ੀ ਕਹੀ ਜਾਂਦੇ। ਪਰ ਹੁਣ ਅਸੀਂ ਤਾਂ ਜਦੋਂ ਤਖ਼ਤ 'ਤੇ ਗੱਲ ਪਹੁੰਚ ਗਈ ਅਤੇ ਅਸੀਂ ਤਾਂ ਹਮੇਸ਼ਾ ਮਰਿਆਦਾ ਦਾ ਪਾਲਣ ਕਰਦੇ ਹਾਂ, ਅਸੀਂ ਤਖ਼ਤ ਨੂੰ ਸਮਰਪਿਤ ਕਰ ਦਿੱਤਾ, ਜੋ ਉਹਨਾਂ ਦਾ ਹੁਕਮ ਹੋਏਗਾ ਉਹ ਅਸੀਂ ਪ੍ਰਵਾਨ ਕਰ ਲਾਂਗੇ। ਹੁਣ ਇਸ ਪੂਰੇ ਘਟਨਾਕ੍ਰਮ, ਕਿਉਂਕਿ ਅਕਾਲੀ ਦਲ ਪਿਛਲੇ 10 ਸਾਲ 'ਚ ਬੜੇ ਔਖੇ ਦੌਰ 'ਚ ਨਿਕਲ ਰਿਹਾ ਵਾ, 2015 ਤੋਂ ਲੈ ਕੇ ਹੁਣ 24 ਆ ਗਿਆ, 9 ਸਾਲ ਹੋ ਗਏ, ਲਗਾਤਾਰ ਇਲਜ਼ਾਮ ਲੱਗਦੇ ਰਹੇ, ਮਾਫ਼ੀ ਨੂੰ ਲੈ ਕੇ ਸਵਾਲ ਉੱਠਦੇ ਰਹੇ, ਹੁਣ ਇਹ ਚਿੱਠੀ ਵੀ ਜਨਤਕ ਹੋ ਗਈ, ਅੱਗੇ ਕੀ ਹੈ? ਨਹੀਂ ਹੁਣ ਅੱਗੇ ਸਿੰਘ ਸਾਹਿਬ ਦੀ ਮੀਟਿੰਗ ਹੋਏਗੀ, ਪ੍ਰਕਿਰਿਆ ਹੀ ਇਹ ਹੁੰਦੀ ਹੈ ਕਿ ਉਹਨਾਂ ਨੇ ਜਿਹੜਾ ਸਪਸ਼ਟੀਕਰਨ ਹੈ ਉਹ ਜਨਤਕ ਕਰ ਦਿੱਤਾ ਉਹਨਾਂ ਦੀ ਮੰਗ 'ਤੇ, ਕਿਉਂਕਿ ਉਹਨਾਂ ਕੋਲ ਵੀ ਚੰਗੀ ਕੀਤਾ ਉਹਨਾਂ ਨੇ ਵੀ ਲੁਕਾਉਣ ਨੂੰ ਵਿੱਚ ਕਿਹੜੀ ਗੱਲ, ਵੀ ਲਓ ਭਾਈ ਪੜ੍ਹ ਲਓ। ਹੁਣ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੋਏਗੀ, ਉਹ ਸਾਰੀ ਗੱਲ ਵਿਚਾਰ ਲੈਣਗੇ, ਜੋ ਉਹਨਾਂ ਨੂੰ ਸਹੀ ਲੱਗਿਆ ਉਹ ਫੈਸਲਾ ਸੁਣਾ ਦੇਣਗੇ, ਜੋ ਉਹਨਾਂ ਦਾ ਫੈਸਲਾ ਹੋਇਆ ਅਸੀਂ ਤਾਂ ਸਮਰਪਿਤ ਕਰਕੇ ਲਿਖ ਕੇ ਦਿੱਤਾ ਕਿ ਸਾਨੂੰ ਪ੍ਰਵਾਨ ਹੋਏਗਾ, ਅਸੀਂ ਪ੍ਰਵਾਨ ਕਰ ਲਾਂਗੇ। ਇਸ ਕਰਕੇ ਇਹ ਤਾਂ ਹੁਣ ਗੱਲ ਹੀ ਅਗਲਾ ਸਾਡੇ ਹੱਥ ਵਸ ਤਾਂ ਹੈ ਨਹੀਂ, ਅੱਜ ਤਾਂ ਸਮਰਪਿਤ ਕਰਕੇ ਲਿਖਤੀ ਤੌਰ 'ਤੇ ਆਪਣੇ ਆਪ ਨੂੰ ਉੱਥੇ ਦੇ ਦਿੱਤਾ ਕਿ ਜੋ ਵੀ ਤਖ਼ਤ ਦਾ ਫੈਸਲਾ ਹੋਏਗਾ ਅਸੀਂ ਕਿਹੜੇ ਮੱਥੇ ਪ੍ਰਵਾਨ ਕਰਾਂਗੇ, ਅਸੀਂ ਪ੍ਰਵਾਨ ਕਰਾਂਗੇ ਤੁਹਾਡੇ ਸਾਹਮਣੇ ਕੋਈ ਫੈਸਲਾ। ਚਲੋ, ਬਹੁਤ ਬਹੁਤ ਧੰਨਵਾਦ ਤੁਹਾਡਾ। ਡਾਕਟਰ ਦਲਜੀਤ ਚੀਮਾ ਗੱਲਬਾਤ ਕਰ ਰਹੇ ਸੀ, ਕਹਿ ਰਹੇ ਸੀ ਕਿ ਅਸੀਂ ਆਪਣੀ ਸਾਰੀ ਗੱਲ ਜਿਹੜੀ ਹੈ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਰੱਖੀ ਹੈ, ਉਹ ਚਿੱਠੀ ਵੀ ਉਹ ਸਪਸ਼ਟੀਕਰਨ ਵੀ ਜਨਤਕ ਹੋਇਆ ਵੈ, ਔਰ ਉਸ ਦੇ ਵਿੱਚ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ, ਹੁਣ ਜੋ ਵੀ ਪ੍ਰਕਿਰਿਆ ਅੱਗੇ ਹੋਏਗੀ ਉਸ ਨੂੰ ਅਸੀਂ ਫੋਲੋ ਕਰਾਂਗੇ। ਆਪਣੇ ਸਹਿਯੋਗੀ ਸਨਮ ਦੇ ਨਾਲ ਪੰਕਜ ਪਾਈ, ਨਿਊਜ਼ 18 ਚੰਡੀਗੜ੍ਹ।